ਹਾਲ ਹੀ ਦੇ ਵਿੱਚ ਇੱਕ IAS ਅਫਸਰ ਨੇ ਅਸਤੀਫਾ ਦੇ ਕੇ ਭਾਜਪਾ ਜੁਆਇਨ ਕੀਤੀ ਅਤੇ ਭਾਜਪਾ ਨੇ ਉਹਨਾਂ ਨੂੰ ਬਠਿੰਡਾ ਤੋਂ ਉਮੀਦਵਾਰ ਬਣਾ ਲਿਆ। ਉਹਨਾਂ ਨੇ VRS ਲਈ, ਪਰ ਪੰਜਾਬ ਸਰਕਾਰ ਨੇ ਹੁਣ VRS ਮਨਾ ਕਰ ਦਿੱਤੀ ਕਿ ਅਸੀਂ ਐਕਸੈਪਟ ਨਹੀਂ ਕਰਦੇ, ਤੁਸੀਂ ਆਪਣੀ ਡਿਊਟੀ ਜੁਆਇਨ ਕਰੋ। ਹਾਲਾਂਕਿ ਉਹਨਾਂ ਦਾ ਦਾਅਵਾ ਕਿ ਕੇਂਦਰ ਸਰਕਾਰ ਨੇ ਜਿਹੜਾ VRS ਉਹ ਐਕਸੈਪਟ ਕਰ ਲਿਆ ਅਤੇ ਮੈਂ ਪਾਬੰਦ ਨਹੀਂ ਹਾਂ ਕਿ ਪੰਜਾਬ ਸਰਕਾਰ ਮੈਨੂੰ ਇਹ ਕਹੇ ਕਿ ਆ ਕੇ ਡਿਊਟੀ ਜੁਆਇਨ ਕਰੋ। ਔਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਸਿਰਫ ਅਤੇ ਸਿਰਫ ਮੇਰੀ ਨੋਮੀਨੇਸ਼ਨ ਦੇ ਵਿੱਚ ਕੋਈ ਨਾ ਕੋਈ ਖਾਮੀ ਪਾ ਕੇ ਮੇਰੀ ਇਹ ਨੋਮੀਨੇਸ਼ਨ ਕੈਂਸਲ ਕਰਾਉਣਾ ਚਾਹੁੰਦੇ ਨੇ। ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਇੱਕ IAS ਅਫਸਰ ਜਿਹੜਾ VRS ਲੈ ਜਾਂਦਾ ਤਾਂ ਕੀ ਉਹਦੀ ਜਵਾਬਦੇਹੀ ਭਾਰਤ ਦੀ ਸਰਕਾਰ ਨੂੰ ਹੈ ਜਾਂ ਪੰਜਾਬ ਦੀ ਸਰਕਾਰ ਨੂੰ ਹੈ? ਇਹ ਇੱਕ ਟੈਕਨੀਕਲ ਪੁਆਇੰਟ ਵੀ ਹੈ ਜਿਹੜਾ ਸਮਝਣ ਦੀ ਜ਼ਰੂਰਤ ਹੈ, ਜੋ ਅੱਜ ਕੋਸ਼ਿਸ਼ ਕਰਾਂਗੇ ਸਮਝਣ ਦੀ। ਦੂਜੀ ਅਹਿਮ ਗੱਲ, ਜਿਹੜਾ ਇਤਫਾਕ ਹੀ ਹੋ ਸਕਦਾ, ਜਦੋਂ ਇਸ IAS ਅਫਸਰ ਨੇ, ਪਰਮਪਾਲ ਕੌਰ ਨੇ ਆਪਣਾ VRS ਲਈ ਸੀ, ਉਸ ਤੋਂ ਕੁਝ ਦਿਨ ਬਾਅਦ ਹੀ ਇੱਕ ਹੋਰ IPS ਅਫਸਰ ਨੇ ਜਿਹੜਾ ਉਹ VRS ਲਈ ਸੀ, ਉਹ VRS 24 ਘੰਟਿਆਂ ਦੇ ਵਿੱਚ ਐਕਸੈਪਟ ਹੋ ਗਈ। ਇੱਕ ਦਿਨ ਦੇ ਵਿੱਚ ਉਹ VRS ਐਕਸੈਪਟ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਹੈ ਜਿਹੜੀ ਉਹ ਜੁਆਇਨ ਕਰ ਲੈਂਦੇ ਨੇ। ਗੁਰਿੰਦਰਪਾਲ ਸਿੰਘ, ਤੁਸੀਂ ਸੁਣਿਆ ਹੋਏਗਾ, ਮੈਂ ਡਿਬੇਟ ਵੀ ਕੀਤੀ ਸੀ ਉਹਨਾਂ ਨਾਲ, ਇੰਟਰਵਿਊ ਵੀ ਕੀਤੀ ਸੀ। ਹੁਣ ਸਵਾਲ ਇਹ ਜ਼ਰੂਰ ਖੜਾ ਹੁੰਦਾ ਕਿ ਇੰਨਾ ਵਖਰੇਵਾਂ ਕਿਉਂ? ਹੋ ਸਕਦਾ ਕਿ ਉਸ IAS ਅਫਸਰ ਦੀ ਇੰਨੀ ਲੋੜ ਹੋਵੇ ਪੰਜਾਬ ਦੀ ਸਰਕਾਰ ਨੂੰ, ਕੋਈ ਕੰਮ ਰੁਕ ਰਹੇ ਹੋਣ ਉਹਨਾਂ ਦੀ ਵਜ੍ਹਾ ਨਾਲ, ਇਸ ਕਰਕੇ ਉਹਨਾਂ ਦਾ VRS ਐਕਸੈਪਟ ਨਹੀਂ ਹੋਇਆ ਅਤੇ ਗੁਰਿੰਦਰਪਾਲ ਸਿੰਘ ਢਿੱਲੋਂ ਉਹਨਾਂ ਨੂੰ ਉਹਨਾਂ ਨੇ ਆਜ਼ਾਦ ਕਰ ਦਿੱਤਾ ਕਿ ਠੀਕ ਹੈ ਜੀ ਤੁਸੀਂ ਅੱਗੇ ਜੋ ਕਰਨਾ ਚਾਹੁੰਦੇ ਹੋ ਕਰ ਲਓ। ਸੋ ਇਹ ਦੋਵੇਂ ਚੀਜ਼ਾਂ ਨੇ ਜਿਹੜੀਆਂ ਆਮੋ ਸਾਹਮਣੇ ਚੱਲ ਰਹੀਆਂ ਨੇ। ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਾਰਾ ਇਸ਼ੂ ਵੀ ਦੱਸ ਦੇ ਰਹੇ ਹਾਂ ਕਿ ਭਾਜਪਾ ਦੇ ਉਮੀਦਵਾਰ ਨੇ IAS ਪਰਮਪਾਲ ਕੌਰ, ਜਿਨ੍ਹਾਂ ਦਾ VRS ਹੈ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਨੂੰ ਉਹਨਾਂ ਨੇ ਜਵਾਬ ਦਿੱਤਾ ਕਿ ਪੰਜਾਬ ਸਰਕਾਰ ਜੋ ਮਰਜ਼ੀ ਕਰੇ, ਮੈਂ ਨੌਕਰੀ ਨਹੀਂ ਜੁਆਇਨ ਕਰਾਂਗੀ। ਮੇਰਾ ਅਸਤੀਫਾ ਭਾਰਤ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ। ਪੰਜਾਬ ਸਰਕਾਰ ਵੱਲੋਂ ਭੇਜੇ ਨੋਟਿਸ ਦੀ ਕਾਪੀ ਕੇਂਦਰ ਨੂੰ ਉਹਨਾਂ ਨੇ ਭੇਜ ਦਿੱਤੀ ਹੈ। IAS ਅਧਿਕਾਰੀ ਸਿੱਧੇ ਤੌਰ 'ਤੇ ਭਾਰਤ ਸਰਕਾਰ ਦੇ ਮੁਲਾਜ਼ਮ ਹੁੰਦੇ ਨੇ, ਕਾਰਡ ਦਾ ਕੰਟਰੋਲ ਵੀ ਕੇਂਦਰ ਦੇ ਹੱਥ ਹੁੰਦਾ। ਦੱਸ ਦਈਏ ਕਿ ਬੀਤੇ ਦਿਨੀ ADGP ਗੁਰਿੰਦਰ ਸਿੰਘ ਢਿੱਲੋਂ ਨੇ ਵੀ VRS ਲਈ ਸੀ। ਗੁਰਿੰਦਰ ਢਿੱਲੋਂ ਦੀ ਪੰਜਾਬ ਸਰਕਾਰ ਨੇ VRS ਮਨਜ਼ੂਰ ਕਰ ਲਈ ਸੀ, ਗੁਰਿੰਦਰ ਢਿੱਲੋਂ ਨੇ ਬਾਅਦ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਉਹ ਜੁਆਇਨ ਕਰ ਲਈ ਸੀ। ਸੋ ਇਸ ਪੂਰੇ ਮੁੱਦੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ SR ਲੱਦਰ ਸਾਹਿਬ ਮੌਜੂਦ ਨੇ, BJP ਦੇ ਆਗੂ ਨੇ ਔਰ ਸਾਬਕਾ IAS ਅਫਸਰ ਵੀ ਨੇ। ਇੱਕ ਸਾਬਕਾ IAS ਅਫਸਰ ਚੰਗੀ ਤਰ੍ਹਾਂ ਸਮਝਦਾ ਹੁੰਦਾ ਕਿ VRS ਕੀ ਹੁੰਦੀ ਹੈ, ਲੋੜ ਕਿਵੇਂ ਹੁੰਦੀ ਹੈ, ਕਾਨੂੰਨ ਨਾਲ ਕਿਵੇਂ ਖੇਡੀਦਾ ਹੁੰਦਾ। ਲੱਦਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਗੱਲਬਾਤ ਕਰਨ ਦੇ ਲਈ। ਲੱਦਰ ਸਾਹਿਬ, ਇੰਨੀ ਤਸ਼ੱਦਦ ਕਹਿ ਰਹੇ ਨੇ ਕਿ ਕੀਤੀ ਜਾ ਰਹੀ ਹੈ, ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਜਾਂ ਉਹਨਾਂ ਦੀ ਨੋਮੀਨੇਸ਼ਨ ਕੈਂਸਲ ਕੀਤੀ ਜਾਵੇ। ਪਰ ਲਾਅ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ, ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਤਾਂ ਕਾਨੂੰਨ ਦੇ ਮੁਤਾਬਕ ਚੱਲ ਰਹੇ ਹਾਂ, ਅਸੀਂ ਤੁਹਾਡੀ VRS ਐਕਸੈਪਟ ਨਹੀਂ ਕਰਦੇ, ਤੁਸੀਂ ਵਾਪਸ ਨੌਕਰੀ ਜੁਆਇਨ ਕਰੋ। ਇਹ ਕਾਨੂੰਨ ਦੇ ਮੁਤਾਬਕ ਸਹੀ ਹੈ ਕਿ ਗਲਤ ਹੈ? ਇਹ ਆਪਣਾ ਹਰਪ੍ਰੀਤ ਜੀ ਬੜਾ ਪੇਚੀਦਾ ਮਸਲਾ ਬਣ ਗਿਆ ਹੈਗਾ ਜੀ, ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ ਇਹਨੂੰ, ਕਿਉਂਕਿ ਇਹਦੇ ਵਿੱਚ ਥੋੜ੍ਹੀ ਸਿਆਸਤ ਵੀ ਹੈ। ਕਿਉਂਕਿ ਜੇਕਰ ਉਹਨਾਂ ਨੇ ਆਪਣਾ ਮੰਨ ਲਓ ਆਮ ਆਦਮੀ ਪਾਰਟੀ ਜੁਆਇਨ ਕਰਨੀ ਸੀ ਤਾਂ ਫਿਰ ਤਾਂ ਉਹਨਾਂ ਦੀ ਆਪਣਾ VRS ਐਕਸੈਪਟ ਹੋ ਜਾਣੀ ਸੀਗੀ। ਲੇਕਿਨ ਇੱਥੇ ਨਾਲੋ ਨਾਲ ਇਹਦੇ ਵਿੱਚ ਥੋੜ੍ਹਾ ਟੈਕਨੀਕਲ ਹਿੱਚ ਵੀ ਹੈ। ਜਿਹੜਾ VRS ਦਾ ਰੂਲ ਹੈ ਉਹ ਇਹ ਹੈਗਾ ਆ ਕਿ ਵੀ ਤੁਸੀਂ 3 ਮਹੀਨੇ ਦਾ ਨੋਟਿਸ ਦੇਣਾ ਹੈਗਾ, ਜਿਹਦੇ ਮੁਕੰਮਲ ਹੋਣ ਤੋਂ ਬਾਅਦ ਹੀ ਤੁਹਾਨੂੰ ਉਹਦੀ ਮਨਜ਼ੂਰੀ 3 ਮਹੀਨਿਆਂ ਦੇ ਵਿੱਚ ਮਿਲ ਜਾਂਦੀ ਹੈ ਅਤੇ ਤੁਸੀਂ ਪ੍ਰੋਸੀਡ ਕਰ ਸਕਦੇ ਹੋ ਕਿ ਆਪਣਾ ਰਿਟਾਇਰਮੈਂਟ ਦੇ ਉੱਤੇ ਆਪਣਾ ਜਾ ਸਕਦੇ ਹੋ। ਲੇਕਿਨ ਇਸ ਕੇਸ ਦੇ ਵਿੱਚ 3 ਮਹੀਨੇ ਦਾ ਸਮਾਂ ਨਹੀਂ ਸੀ ਹੋਇਆ ਅਤੇ ਵਿੱਚ ਵਿਚਾਲੇ ਹੀ ਉਹਨਾਂ ਨੇ ਆਪਣਾ ਅਸਤੀਫਾ ਦੇ ਕੇ ਅਤੇ ਆਪਣਾ ਚਲੇ ਗਏ, ਪ੍ਰੋਸੀਡ ਕਰ ਗਏ। ਤੋ ਦੂਜਾ ਇਹਦੇ ਵਿੱਚ ਅਲਟਰਨੇਟਿਵ ਇਹ ਹੁੰਦਾ ਹੈਗਾ ਆ ਆਪਣੇ ਸਰਕਾਰੀ ਅਫਸਰਾਂ ਕੋਲ ਕਿ ਜੇ ਤੁਸੀਂ 3 ਮਹੀਨੇ ਦੀ ਅਵਧੀ ਪੂਰੀ ਨਹੀਂ ਕਰ ਸਕਦੇ ਨੋਟਿਸ ਦੇਣ ਦੀ ਤਾਂ ਤੁਸੀਂ 3 ਮਹੀਨੇ ਦੀ ਸੈਲਰੀ ਜਮ੍ਹਾਂ ਕਰਾ ਦਿਓ। ਉਹ ਵੀ ਇਸ ਕੇਸ ਦੇ ਵਿੱਚ ਨਹੀਂ ਹੋਇਆ। ਤੋ ਤੀਜੀ ਗੱਲ ਜਿਹੜੀ ਹੈਗੀ ਆ ਕਿ ਇਹਦੇ ਵਿੱਚ ਟੈਕਨੀਕਲੀ ਜਿੱਥੇ ਮੈਨੂੰ ਲੱਗਦਾ ਹੈਗਾ ਕਿ ਪਰਮਪਾਲ ਕੌਰ ਜੀ ਥੋੜ੍ਹਾ ਉੱਕੇ ਆ, ਉਹ ਇਹ ਹੈਗੇ ਆ ਕਿ ਵੀ ਆਪਣਾ ਜਿਹੜੇ ਆਪਣਾ ਅਸੀਂ IAS ਅਫਸਰ ਹੁੰਦੇ ਹਾਂ
ਦੇ ਆਰ ਕਲਾਸ 1 ਆਫੀਸਰਸ ਆਫ ਦਾ ਸਟੇਟ ਗਵਰਨਮੈਂਟ, ਬਿਲਕੁਲ ਠੀਕ, ਤੇ ਉਹਨਾਂ ਦੇ ਉੱਤੇ ਉਹੀ ਰੂਲ ਅਪਲਾਈ ਹੁੰਦੇ ਆ ਜਿਹੜੇ ਕਿ ਜਿਹੜੇ PCS ਕਲਾਸ 1 ਅਫਸਰ ਦੇ ਹੁੰਦੇ ਆ, ਕੋਈ ਸੈਪਰੇਟ ਰੂਲ ਨਹੀਂ ਹੁੰਦੇ। ਜਦੋਂ ਅਸੀਂ ਆਪਣਾ IAS ਆਫੀਸਰ ਸੈਂਟਰ ਗਵਰਨਮੈਂਟ ਦੇ ਵਿੱਚ ਆਪਣਾ ਕੰਮ ਕਰਦਾ ਆ ਤਾਂ ਸੈਂਟਰ ਗਵਰਨਮੈਂਟ ਦੇ ਰੂਲ ਉਹਨਾਂ ਤੇ ਅਪਲਾਈ ਹੋਣੇ ਆ, ਤੇ ਜਦੋਂ ਸਟੇਟ ਗਵਰਨਮੈਂਟ 'ਚ ਕੰਮ ਕਰਦਾ ਹੈਗਾ ਤਾਂ ਸਟੇਟ ਗਵਰਨਮੈਂਟ ਦੇ ਕਲਾਸ 1 ਦੇ ਰੂਲ ਉਹਨਾਂ ਤੇ ਅਪਲਾਈ ਹੋਣੇ ਆ। ਸੋ ਇੱਥੇ 1951 ਜਿਹੜਾ ਆਲ ਇੰਡੀਆ ਸਰਵਿਸ ਐਕਟ ਆ ਉਹ ਬੜਾ ਕਲੀਅਰ ਹੈਗਾ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਉਹਨੂੰ ਬੜਾ ਅੱਛੇ ਤਰੀਕੇ ਨਾਲ ਡਿਫਾਈਨ ਕਰਦਾ ਆ ਕਿ ਆਪਣਾ ਜਿਹੜਾ IAS ਆਫੀਸਰ ਹੈ ਵੈਨ ਹੀ ਇਜ਼ ਸਰਵਿੰਗ ਇਨ ਦਾ ਸਟੇਟ, ਕਲਾਸ 1 ਦੇ ਜਿਹੜੇ ਰੂਲ ਹੈਗੇ ਆ ਸਿਵਲ ਸਰਵਿਸ PCS ਦੇ ਉਹਦੇ 'ਤੇ ਉਹ ਅਪਲਾਈ ਹੋਣੇ ਆ, ਅਤੇ ਜਦੋਂ ਉਹ ਆਪਣਾ ਸੈਂਟਰ 'ਚ ਡੈਪੂਟੇਸ਼ਨ 'ਤੇ ਚਲ ਜਾਂਦਾ ਤਾਂ ਉਹਦੇ 'ਤੇ ਸੈਂਟਰ ਗਵਰਨਮੈਂਟ ਦੇ ਰੂਲ ਲਾਗੂ ਹੋਣੇ ਆ। ਸੋ ਇੱਥੇ ਜਿਹੜਾ ਹੈਗਾ VRS ਦੇ ਕੇਸ ਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਅਗਰ ਰੂਟੀਨ ਮੈਟਰ ਹੁੰਦਾ ਤਾਂ ਆਪਣਾ ਇਹ ਪਹਿਲਾਂ ਜਿਹੜੇ ਕਿ ਮੁੱਖ ਮੰਤਰੀ ਸਾਡੇ ਸਟੇਟ ਦੇ ਆ ਉਹਨਾਂ ਨੇ ਆਪਣਾ ਅਪਰੂਵ ਕਰਨਾ ਸੀਗਾ ਇਹਨਾਂ ਦੇ ਕੇਸ ਨੂੰ, ਅਤੇ ਇਹ ਫਿਰ ਫਾਈਲ ਜਾਣੀ ਸੀ ਗਵਰਨਮੈਂਟ ਆਫ ਇੰਡੀਆ ਨੂੰ, ਠੀਕ ਹੈ, ਅਤੇ ਗਵਰਨਮੈਂਟ ਆਫ ਇੰਡੀਆ ਕਾਡਰ ਕੰਟਰੋਲਿੰਗ ਅਥਾਰਿਟੀ ਹੈ ਅਤੇ ਉਹਨਾਂ ਨੇ ਮਨਜ਼ੂਰੀ ਦੇਣੀ ਸੀਗੀ, ਅਤੇ ਫਿਰ ਕਿਉਂਕਿ ਆਲ ਇੰਡੀਆ ਸਰਵਿਸ ਸਟੇਟ ਗਵਰਨਮੈਂਟ ਵੀ ਕੰਪੀਟੈਂਟ ਨਹੀਂ ਹੈ ਜੀ, ਕਿਉਂਕਿ ਆਪਣਾ IAS ਲਈ ਕਾਡਰ ਕੰਟਰੋਲਿੰਗ ਅਥਾਰਿਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਆ, ਪ੍ਰਾਈਮ ਮਿਨਿਸਟਰ ਉਹਦੇ ਜਿਹੜੇ ਹੈਗੇ ਓਵਰਆਲ ਇੰਚਾਰਜ ਹੈ, ਮਿਨਿਸਟਰੀ ਆਫ ਪਰਸੋਨਲ ਆ ਡਿਪਾਰਟਮੈਂਟ ਹੈਗਾ ਜਿਹੜਾ ਉਹਨੂੰ ਕੰਟਰੋਲ ਕਰਦਾ ਹੈਗਾ, ਸੋ ਉੱਥੋਂ ਜਾ ਕੇ ਮਨਜ਼ੂਰੀ ਮਿਲਣੀ ਸੀ। ਫਿਰ ਇਹ ਤਰਕ ਤਾਂ ਇਹ ਲੌਜਿਕ ਤਾਂ ਕਿਤੇ ਵੀ ਨਹੀਂ ਨਾ ਖੜਦਾ ਕਿ ਮੈਂ ਕੇਂਦਰ ਸਰਕਾਰ ਦੀ ਕਾਡਰ ਹਾਂ, ਕੇਂਦਰ ਸਰਕਾਰ ਦਾ ਕੰਟਰੋਲ ਹੁੰਦਾ, ਮੈਂ ਕੇਂਦਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਜੀ, ਉਹ ਦੇਖੇ ਸਾਰੀ ਉਮਰ ਤਨਖਾਹ ਤੁਸੀਂ ਰਹਿੰਦੇ ਰਹੇ ਹੋ ਪੰਜਾਬ ਸਰਕਾਰ ਤੋਂ, ਮੁਲਾਜ਼ਮ ਤੁਸੀਂ ਉਹ ਪੰਜਾਬ ਸਰਕਾਰ ਦੇ, ਜਦੋਂ ਅਸਤੀਫਾ ਦੇਣ ਦੀ ਵਾਰੀ ਆਈ ਤੁਸੀਂ ਕਹਿੰਦੇ ਮੈਂ ਤਾਂ ਕੇਂਦਰ ਨੂੰ ਦੇਤਾ। ਹੁਣ ਪੈਨਸ਼ਨ ਵੀ ਪੰਜਾਬ ਸਰਕਾਰ ਨੇ ਦੇਣੀ ਹੈ ਆਉਣ ਵਾਲੇ ਸਮੇਂ 'ਚ, ਜਦੋਂ ਵੀ ਮਿਲੇਗੀ, ਜਿਹੜੇ ਰਿਟਾਇਰਲ ਬੈਨੀਫਿਟਸ ਆ ਉਹ ਵੀ ਪੰਜਾਬ ਸਰਕਾਰ ਨੇ ਦੇਣੇ ਆ, ਸੋ ਸਾਰੀ ਲਾਇਬਿਲਿਟੀ ਪੰਜਾਬ ਸਰਕਾਰ ਦੇ ਉੱਪਰ ਹੈ, ਇਸ ਕਰਕੇ ਪੰਜਾਬ ਸਰਕਾਰ ਦੀ ਰਿਕਮੈਂਡੇਸ਼ਨ ਵੀ ਮੈਂਡੇਟਰੀ ਸੀਗੀ, ਪਰ ਕਿਉਂਕਿ ਜਦੋਂ ਆਪਣਾ ਭਾਰਤ ਸਰਕਾਰ ਕਾਡਰ ਕੰਟਰੋਲਿੰਗ ਅਥਾਰਟੀ ਨੇ ਉਹਦਾ ਜੁਆਇਨ ਕਰਨ ਤੋਂ ਪਹਿਲਾਂ ਅਸਤੀਫਾ ਮਨਜ਼ੂਰ ਕਰ ਲਿਆ ਤਾਂ ਉੱਥੇ ਫਿਰ ਸਾਰਾ ਭੋਗ ਪੈ ਗਿਆ। ਹੁਣ ਜਦੋਂ ਇਹ ਸਮੱਸਿਆ ਆਏਗੀ, ਜਿਵੇਂ ਕਿ ਸਾਡੇ ਆਪਣੇ ਸਟੇਟ ਦੇ ਮਾਨਯੋਗ ਮੁੱਖ ਮੰਤਰੀ ਨੇ ਪੰਗਾ ਕ੍ਰੀਏਟ ਕਰਤਾ ਆ ਕਿ ਮੈਂ VRS ਮਨਜ਼ੂਰ ਨਹੀਂ ਕਰਦਾ ਅਤੇ ਤੁਸੀਂ ਆਓ ਅਤੇ ਜੁਆਇਨ ਕਰੋ, ਅਤੇ ਆਪਣਾ ਪਰਮਪਾਲ ਕੌਰ ਜੀ ਨੇ ਜੋ ਮੀਡੀਆ 'ਚ ਬਿਆਨ ਆਇਆ ਕਿ ਜਾਓ ਜੋ ਕਰਨਾ ਕਰ ਲਓ ਮੈਂ ਨਹੀਂ ਕਰਦੀ, ਤਾਂ ਹੁਣ ਸਮੱਸਿਆ ਇਹ ਦੋ ਤਰ੍ਹਾਂ ਦੀ ਆ ਗਈ ਆ। 1 ਕਿ ਵੀ ਆਪਣਾ ਜਿਹੜਾ ਇਲੈਕਸ਼ਨ ਹੈ ਜਿਹੜਾ ਅਗੇਨ ਇੱਕ ਕੰਸਟੀਟਿਊਸ਼ਨਲ ਆਪਣਾ ਆਪਣੀ ਉਹ ਜ਼ਰੂਰਤ ਹੈਗੀ ਆ ਕਿ ਵੀ ਗਵਰਨਮੈਂਟ ਇੰਪਲਾਈ ਇਲੈਕਸ਼ਨ ਨਹੀਂ ਲੜ ਸਕਦਾ, ਉਹ ਗਵਰਨਮੈਂਟ ਇੰਪਲਾਈ ਹੈ ਜਾਂ ਨਹੀਂ ਹੈ, ਉਹ ਆਪਣਾ ਜਿਹੜਾ ਗਵਰਨਮੈਂਟ ਆਫ ਇੰਡੀਆ ਜਿਹੜੀ ਕਾਡਰ ਕੰਟਰੋਲਿੰਗ ਅਥਾਰਟੀ ਹੈ ਉਹਨਾਂ ਨੇ ਉਹ ਫਾਰਮੈਲਿਟੀ ਪੂਰੀ ਕਰ ਲਈ ਹੈ ਕਿ ਤੁਹਾਡਾ ਐਨਓਸੀ ਦੀ ਲੋੜ ਨਹੀਂ ਪੈਗੀ ਉਹਨਾਂ ਨੂੰ ਨੋਮੀਨੇਸ਼ਨ ਫਾਈਲ ਕਰਨ ਲੱਗੇ, ਇੱਥੇ ਆ ਕੇ ਪੇਚਾ ਫਸ ਗਿਆ ਹੈ। ਹੁਣ ਇਹ ਆਪਣਾ ਨਾਟ ਓਨਲੀ ਦੈਟ ਕਿ ਵੀ ਆਪਣਾ ਨੋਮੀਨੇਸ਼ਨ ਦੀ ਲੋੜ ਹੈ ਕਿ ਨਹੀਂ ਹੈ ਜਾਂ ਰਿਕਮੈਂਡੇਸ਼ਨ ਦੀ ਲੋੜ ਹੈ ਜਾਂ ਨਹੀਂ ਹੈ, ਲੇਕਿਨ ਜਦੋਂ ਉਹਨਾਂ ਨੂੰ ਆਪਣਾ ਪ੍ਰੋਵੀਡੈਂਟ ਫੰਡ, ਆਪਣੀਆਂ ਰਿਟਾਇਰਲ ਬੈਨੀਫਿਟਸ, ਪੈਨਸ਼ਨ, ਉਹ ਸਾਰੀਆਂ ਗੱਲਾਂ ਜਦੋਂ ਆਪਣਾ ਆਪਣਾ ਚਲੋ ਚੀਜ਼ਾਂ ਤਾਂ ਹਾਲਤ ਦਿਖ ਨਹੀਂ ਰਹੀਆਂ ਨਾ, ਹਾਲੇ ਤਾਂ ਇਲੈਕਸ਼ਨ ਦਿਖ ਰਹੀ ਹੈ ਮਿੱਤਰ ਸਾਹਿਬ, ਮੈਂ ਤਾਂ ਸਿਰਫ ਇਹ ਸਮਝਣਾ ਚਾਹੁੰਦਾ ਵੀ ਚਲੋ ਮੈਂ ਮੰਨ ਲੈਣਾ ਕਿ ਤੁਸੀਂ ਕਿਹਾ 3 ਮਹੀਨੇ ਦਾ ਟਾਈਮ ਕਿਹਾ, ਮੈਨੂੰ ਇਹ ਥੋੜ੍ਹਾ ਜਿਹਾ ਸਮਝ ਨਹੀਂ ਆਇਆ ਕਿ ਜਦੋਂ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਵੀ ਅਫਸਰ ਨੇ ਸ਼ਾਮਿਲ ਹੋਣਾ ਹੁੰਦਾ ਤਾਂ ਠੀਕ ਇਲੈਕਸ਼ਨ ਤੋਂ ਪਹਿਲਾਂ ਕਿਵੇਂ ਸ਼ਾਮਿਲ, ਇਹ ਤਾਂ ਪਤਾ ਹੀ ਹੋਏਗਾ ਨਾ, ਕਿਤੇ ਨਾ ਕਿਤੇ ਕੋਈ ਕਮਿਟਮੈਂਟ ਹੋਏਗੀ ਜਾਂ ਕੋਈ ਗੱਲਬਾਤ ਚੱਲ ਰਹੀ ਹੋਣੀ, ਤਾਂ 3 ਮਹੀਨੇ ਪਹਿਲਾਂ ਕਿਉਂ ਨਹੀਂ ਅਸਤੀਫਾ ਲੈ ਲਿਆ, ਐਨ ਮੌਕੇ 'ਤੇ ਅਸਤੀਫਾ ਲੈ ਕੇ BJP ਜੁਆਇਨ ਕਰਕੇ BJP ਉਮੀਦਵਾਰ ਉਹਨਾਂ ਨੂੰ ਖੜਾ ਕਰ ਦਿੰਦੀ ਹੈ, ਫਿਰ ਆਪ ਵੀ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਤੁਸੀਂ ਆਉਂਦੇ ਹੋ ਨਾ।
ਹਰਪ੍ਰੀਤ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ, ਲੇਕਿਨ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਰੂਲ ਜਿਹੜਾ ਸੈਂਟਰ ਦੇ ਵਿੱਚ ਹੈਗਾ ਸੀ ਉਸ ਵੇਲੇ, ਹੁਣ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਵੇਲੇ ਕੰਟਰੋਲ ਕਰ ਰਿਹਾ, ਉਹ ਉਸ ਵੇਲੇ ਉਹਨਾਂ ਨੇ ਉਹਦਾ ਜਿਹੜਾ ਅਸਤੀਫਾ ਉਹਨਾਂ ਨੇ, ਕਿਉਂਕਿ ਭਾਜਪਾ ਜਾਣਾ ਸੀਗਾ, ਭਾਜਪਾ ਤੁਸੀਂ ਦੇਖਿਆ ਹੋਣਾ, ਮੈਂ ਤਾਂ ਉਸ ਦਿਨ ਜਦੋਂ ਉਹਨਾਂ ਦੀ ਜੁਆਇਨਿੰਗ ਹੋਈ ਆ, ਹਰਦੀਪ ਪੁਰੀ ਜੀ ਜਿਹੜੇ ਕਿ ਸੈਂਟਰ ਦੇ ਬਹੁਤ ਵੱਡੇ ਵਜ਼ੀਰ ਹੈਗਾ, ਉਹਨਾਂ ਨੇ ਜੁਆਇਨ ਕਰਵਾਇਆ ਉਹਨਾਂ ਨੂੰ, ਨਾਲ ਇੱਕ ਮਹਾਂਮੰਤਰੀ ਆਪਣਾ ਸੀਗੇ ਨਾਲ ਉਹਨਾਂ ਦੇ, ਅਤੇ ਉਹ ਆਪਣਾ ਜਦੋਂ ਉਹਨਾਂ ਨੇ ਉਹਨਾਂ ਦਾ ਜਿਹੜੀ ਆਪਣਾ ਇਹ ਅਸਤੀਫੇ ਵਾਲੀ ਗੱਲ ਹੈ, ਤਾਂ ਇਹ ਮੀਡੀਆ 'ਚ ਵੀ ਆਈ ਸੀ ਉਸ ਵੇਲੇ, ਆਪਣਾ ਬਿਆਨਾਂ 'ਚ ਵੀ ਆਈ, ਟੀਵੀ 'ਤੇ ਵੀ ਆਇਆ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਚੁੱਕਾ ਆ। ਮਨਜ਼ੂਰ ਹੋਣ ਤੋਂ ਬਾਅਦ ਆਪਣਾ ਉਹਨਾਂ ਨੂੰ ਬੀਜੇਪੀ ਦੇ ਵਿੱਚ ਜੁਆਇਨ ਕਰਵਾਇਆ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਕਾਡਰ ਕੰਟਰੋਲਿੰਗ ਅਥਾਰਟੀ ਨੇ ਅਸਤੀਫਾ ਮਨਜ਼ੂਰ ਕਰ ਲਿਆ, ਅਤੇ ਉਹ ਆਪਣਾ ਐਜ਼ ਏ ਆਫੀਸਰ ਉਹ ਤਾਂ ਬੇਫਿਕਰ ਹੋ ਗਈ ਆ ਕਿ ਵੀ ਮੈਂ ਆਪਣਾ ਕੱਲ੍ਹ ਨੂੰ ਅਗਰ ਕੋਰਟ ਕਚਹਿਰੀ 'ਚ ਵੀ ਗੱਲ ਜਾਂਦੀ ਆ ਜਾਂ ਰਿਟਰਨਿੰਗ ਅਫਸਰ ਕੋਲ ਵੀ ਗੱਲ ਜਾਂਦੀ ਆ, ਮੈਂ ਸਮਝਦਾ ਹੈਗਾ ਕਿ ਸ਼ੀ ਇਜ਼ ਸੇਫ, ਉਹਦੇ 'ਤੇ ਕੋਈ ਅੜਚਨ ਨਹੀਂ ਆਉਣੀ ਉਹਨੂੰ, ਕਿਉਂਕਿ ਜਿਹੜਾ ਆਪਣਾ ਅਥਾਰਟੀ ਹੈ ਕਾਡਰ ਕੰਟਰੋਲਿੰਗ ਅਥਾਰਟੀ, ਜੇ ਸੀ ਐੱਮ ਵੀ ਭੇਜਦਾ ਤਾਂ ਜਿਹੜੀ ਪ੍ਰਵਾਨਗੀ ਹੈ, ਸਰਕਾਰ ਦੀ ਮਨਜ਼ੂਰੀ ਤਾਂ ਚਾਹੀਦੀ ਸੀ ਨਾ ਸਰ, ਪੰਜਾਬ ਦੀ ਸਰਕਾਰ ਦੀ ਮਨਜ਼ੂਰੀ ਤਾਂ ਚਾਹੀਦੀ ਸੀ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਲੇਕਿਨ ਜਿਨ੍ਹਾਂ ਨੇ ਮਨਜ਼ੂਰ ਕਰਨਾ ਸੀਗਾ ਉਹਨਾਂ ਨੇ ਤਾਂ ਕਰ ਲਿਆ ਮਨਜ਼ੂਰ, ਉਹਨਾਂ ਨੇ ਬਾਈਪਾਸ ਕਰਤਾ ਨਾ, ਉਹਨਾਂ ਨੇ ਬਾਈਪਾਸ ਕਿ ਬਾਈਪਾਸ ਕਰਤਾ ਉਹਨਾਂ ਨੇ ਪੰਜਾਬ ਸਟੇਟ ਗਵਰਨਮੈਂਟ ਨੂੰ ਬਾਈਪਾਸ ਕਰਕੇ ਉਹਨਾਂ ਨੇ ਉਹਦਾ ਅਸਤੀਫਾ ਮਨਜ਼ੂਰ ਕਰ ਲਿਆ ਔਰ ਉਹਨੇ ਪਾਰਟੀ ਜੁਆਇਨ ਕਰ ਲਈ। ਇਲੈਕਸ਼ਨ ਲੜਨ ਦੇ ਵਾਸਤੇ ਉਹਨੂੰ, ਮੇਰਾ ਖਿਆਲ ਹੈ ਟੂ ਮਾਈ ਨੌਲੇਜ, ਉਹਨੂੰ ਕੋਈ ਅੜਚਨ ਨਹੀਂ ਆਉਣੀ। ਬੀਜੇਪੀ ਦੇ ਕੁਛ ਆਗੂ ਵੱਲੋਂ ਵੀ ਸਵਾਲ ਚੁੱਕਿਆ ਗਿਆ, ਜਿਵੇਂ ਮੈਂ ਇੱਕ ਐਗਜ਼ਾਮਪਲ ਵੀ ਗੁਰਿੰਦਰਪਾਲ ਸਿੰਘ ਢਿੱਲੋਂਹੋਰਾਂ ਦੀ ਚੱਕੀ ਸੀ ਕਿ ਉਹਨਾਂ ਨੇ ਵੀ ਆਰ ਐੱਸ ਲਈ ਅਤੇ ਉਹ 24 ਘੰਟਿਆਂ ਦੇ ਵਿੱਚ ਅਪਰੂਵ ਹੋ ਜਾਂਦੀ ਹੈ, ਜਦੋਂ ਇਹ ਵੀ ਆਰ ਐੱਸ ਲੈਂਦੇ ਤਾਂ ਇਹਨਾਂ ਦੀ ਅਪਰੂਵ ਨਹੀਂ ਹੁੰਦੀ, ਇਹ ਇਹਨਾਂ ਦੇ ਵਿੱਚ ਕੋਈ ਡਿਫਰੈਂਸ਼ੀਏਟ ਹੈਗਾ? ਨਹੀਂ, ਦੇਖੋ ਜਿਹੜੀਆਂ ਆਲ ਇੰਡੀਆ ਸਰਵਿਸ ਹੈ ਇਹ ਤਿੰਨ ਹੈਗੀਆਂ, ਇੱਕ ਹੈਗੀ IAS, ਦੂਜੀ ਹੈਗੀ ਆ IPS, ਤੀਜੀ ਹੈਗੀ ਆ IFS ਜੀ, ਤੇ ਇਹਨਾਂ ਦੀ ਕਾਡਰ ਕੰਟਰੋਲਿੰਗ ਅਥਾਰਟੀ ਗਵਰਨਮੈਂਟ ਆਫ ਇੰਡੀਆ ਆ, ਠੀਕ ਹੈ, ਤਾਂ ਇਸ ਕਰਕੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ, ਕਰਨਾ ਤਾਂ ਗਵਰਨਮੈਂਟ ਆਫ ਇੰਡੀਆ ਨੇ ਹੀ ਹੈ, ਲੇਕਿਨ ਤੁਹਾਨੂੰ ਲੱਗਦਾ ਕਿ ਇੱਥੇ ਪਾਰਸ਼ੈਲਿਟੀ ਹੋਈ ਹੈ ਵੀ ਜੇ ਉਸ ਅਫਸਰ ਦਾ ਹੋ ਸਕਦਾ ਤਾਂ ਇਹਨਾਂ ਦਾ ਕਿਉਂ ਨਹੀਂ? ਦੋ ਗੱਲਾਂ ਆ, ਇੱਕ ਤਾਂ ਇਹਦੇ ਵਿੱਚ ਸਿਆਸਤ ਹੈਗੀ ਆ, ਸਾਡੇ ਮਾਨਯੋਗ ਮੁੱਖ ਮੰਤਰੀ ਜੀ, ਮੈਂ ਸਮਝਦਾ ਹੈਗਾ ਥੋੜ੍ਹੇ ਉਹਨਾਂ ਨੂੰ ਫਰਾਖ ਦਿਲੀ ਦਿਖਾਉਣੀ ਚਾਹੀਦੀ ਸੀ ਕਿ ਜੇ ਆਪਣਾ ਫਰਾਖ ਦਿਲੀ ਦਿਖਾਈ ਹੈ ਨਾ, ਗੁਰਿੰਦਰ ਢਿੱਲੋਂ ਨੇ ਤਾਂ ਕਾਂਗਰਸ ਜੁਆਇਨ ਕੀਤੀ ਹੈ, ਆਪ ਥੋੜ੍ਹੀ ਜੁਆਇਨ ਕੀਤੀ, ਜੇ ਆਪ ਜੁਆਇਨ ਕੀਤੀ ਹੁੰਦੀ ਤਾਂ ਤੁਸੀਂ ਸਵਾਲ ਚੁੱਕ ਸਕਦੇ, ਨੌਨ ਬੀਜੇਪੀ ਹੈ ਨਾ, ਬੀਜੇਪੀ ਨਾਲ ਖੁੰਦਕ ਹੈ, ਇਸ ਕਰਕੇ ਆਪਣਾ ਆਪ ਨਾਲ ਆਪ ਤੇ ਕਾਂਗਰਸ ਅਲਾਇੰਸ ਅਲਾਇੰਸ ਹੈ, ਇੰਡੀ ਅਲਾਇੰਸ ਹੈ ਨਾ ਦੋਨਾਂ ਦਾ ਆਪਾਂ ਜਿਹਨੂੰ ਕਹਿੰਦੇ ਹਾਂ, ਇਸ ਕਰਕੇ ਆਪਣਾ ਦੇਖੋ ਆਪਣਾ ਇਹ ਸਮਾਂ ਨਿਕਲ ਜਾਣਾ ਹੈਗਾ, ਵੈਸੇ ਵੀ ਉਹਦੇ 3 ਕੁ ਮਹੀਨੇ ਰਹਿੰਦੇ ਸੀਗੇ, ਤੇ ਗਵਰਨਮੈਂਟ ਆਫ ਪੰਜਾਬ ਨੂੰ ਉਹ ਆਪਣਾ ਜਦੋਂ ਉਹਨੇ ਪੋਲੀਟਿਕਸ ਜੁਆਇਨ ਹੀ ਕਰ ਲਈ ਆ ਤਾਂ ਉਹਦੀ ਚੀਜ਼ ਆਫ ਨੋ ਯੂਜ਼ ਟੂ ਦਾ ਗਵਰਨਮੈਂਟ, ਸੋ ਇਸ ਕਰਕੇ ਆਪਣਾ ਥੋੜ੍ਹਾ ਜਿਹਾ ਫਰਾਖ ਦਿਲੀ ਨਾ, ਇਸ ਤਰ੍ਹਾਂ ਦੇ ਕੇਸਾਂ ਦੇ, ਮੈਂ ਲੰਬਾ ਸਮਾਂ ਨੌਕਰੀ ਕੀਤੀ ਆ, ਮੁੱਖ ਮੰਤਰੀਆਂ ਨਾਲ ਡੀਲ ਕੀਤਾ, ਕਦੇ ਕੋਈ ਮੁੱਖ ਮੰਤਰੀ ਕਿਸੇ ਅਫਸਰਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਇਸ਼ੂ ਦੇ ਉੱਤੇ, ਕੋਈ ਬੰਦਾ ਰਿਟਾਇਰਮੈਂਟ 'ਤੇ ਜਾਣਾ ਚਾਹੁੰਦਾ ਉਹ ਕਹਿੰਦੇ ਜਾਣ ਦਿਓ ਜੀ, ਜ਼ਿਆਦਾ ਤੋਂ ਜ਼ਿਆਦਾ ਇਹ ਹੁੰਦਾ ਹੈ ਕਿ ਉਹ ਬੁਲਾ ਕੇ ਕਈ ਵਾਰੀ ਪੁੱਛ ਲੈਂਦੇ ਆ ਭਾਈ ਕੋਈ ਮਜ਼ਬੂਰੀ ਤਾਂ ਨਹੀਂ ਤੈਨੂੰ ਤਾਂ ਆਪਣਾ ਨੌਕਰੀ ਦੇ ਵਿੱਚ, ਅਤੇ ਉਹ ਫੇਵਰ ਹੁੰਦਾ ਹੈ ਇੱਕ ਅਫਸਰ ਦਾ ਕਿ ਉਹਨਾਂ ਨੂੰ ਪੁੱਛਿਆ ਗਿਆ, ਅਤੇ ਜੇ ਅਫਸਰ ਨਾਰਾਜ਼ਗੀ ਨਾਲ ਜਾ ਰਿਹਾ ਜਾਂ ਕਿਸੇ ਹੋਰ ਕਾਰਨ ਕਰਕੇ ਜਾ ਰਿਹਾ ਉਹ ਕਹਿੰਦੇ ਜਾਣ ਦਿਓ ਜੀ, ਠੀਕ ਹੈ, ਕੋਈ ਗੁਲਾਮੀ ਥੋੜ੍ਹੀ ਹੈਗੀ ਆ, ਸਰਵਿਸ ਇਜ਼ ਨੋਟ ਏ ਸਲੇਵਰੀ, ਅਤੇ ਜੇ ਜਾਣਾ ਚਾਹੁੰਦਾ ਤਾਂ ਜਾਣ ਦਿਓ, ਠੀਕ ਹੈ, ਪਰ ਨਿਯਮ ਕਾਨੂੰਨ ਤਾਂ ਲਾਗੂ ਹੁੰਦੇ ਰਹਿਣ ਸਾਰਾ, ਅਤੇ ਉਹ ਫੋਲੋ ਕਰਨੇ ਹੀ ਪੈਣਗੇ। ਬਿਲਕੁਲ, ਜਦੋਂ ਤੁਸੀਂ ਸਰਵਿਸ ਦੇ ਵਿੱਚ ਰਹਿੰਦੇ ਹੋ ਤਾਂ ਵੀ ਕਾਨੂੰਨ ਦੇ ਮੁਤਾਬਕ ਤੁਸੀਂ ਆਪਣੀ ਸਰਵਿਸ ਕਰ ਰਹੇ ਹੋ, ਜਦੋਂ ਤੁਸੀਂ ਛੱਡਣ ਜਾ ਰਹੇ ਹੋ ਇਹ ਕੋਈ ਪ੍ਰਾਈਵੇਟ ਅਦਾਰਾ ਥੋੜ੍ਹੀ ਹੈ ਕਿ ਮੈਂ ਜੀ ਆਹ ਕੱਲ੍ਹ ਤੋਂ ਮੈਂ ਆਉਣਾ ਨਹੀਂ ਜੀ, ਫਿਰ ਉਹ ਚੀਜ਼ਾਂ ਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ, ਕਿਉਂਕਿ ਤੁਹਾਨੂੰ ਆਫਟਰ ਇਹ ਸਾਰੀਆਂ ਚੀਜ਼ਾਂ 'ਚ ਜਿਹੜੇ ਬੈਨੀਫਿਟਸ ਹੈ ਉਹ ਪ੍ਰਭਾਵਿਤ ਜ਼ਰੂਰ ਹੁੰਦੇ ਆ। ਬਿਲਕੁਲ ਲਤਨ ਸਾਹਿਬ, ਇੱਕ ਮੇਰਾ ਬੜਾ ਅਹਿਮ ਸਵਾਲ ਹੈ ਜੀ, ਐਸੀ ਕਿਹੜੀ ਗਿੱਦੜ ਸਿੰਘੀ ਪੋਲੀਟਿਕਸ ਦੇ ਵਿੱਚ ਲੋਕਾਂ ਨੂੰ ਨਜ਼ਰ ਆਉਣ ਲੱਗ ਗਈ ਕਿ ਵੱਡੇ ਵੱਡੇ IPS ਅਫਸਰ, ਵੱਡੇ ਵੱਡੇ IAS ਅਫਸਰ ਆਪਣੀਆਂ ਇੰਨੀਆਂ ਇੰਨੀਆਂ
ਪ੍ਰੋਮੀਨੈਂਟ ਜੌਬਸ ਛੱਡ ਕੇ ਜਿਹੜਾ ਉਹ ਪੋਲਿਟਿਕਸ ਜੁਆਇਨ ਕਰਨ ਲੱਗ ਗਏ ਨੇ। ਚਲੋ ਇਹਨਾਂ ਦੇ ਤਾਂ ਥੋੜਾ ਟਾਈਮ ਪਿਆ ਸੀਗਾ, ਉਹ ਗੁਰਿੰਦਰ ਢਿੱਲੋਂ ਤਾਂ 10 ਸਾਲ ਪਏ ਸੀ ਘੱਟੋ ਘੱਟ। ਅਜਿਹਾ ਕੀ ਨਜ਼ਰ ਆਉਣ ਲੱਗ ਗਿਆ IAS ਅਫਸਰਾਂ ਨੂੰ, IPS ਅਫਸਰਾਂ ਨੂੰ ਕਿ ਉਹ ਪੋਲਿਟਿਕਸ ਵੱਲ ਭੱਜਣਾ ਸ਼ੁਰੂ ਹੋ ਗਏ? ਦੇਖੋ ਉਹਦੇ ਵਿੱਚ ਤਾਂ ਇੰਡੀਵਿਜੁਅਲ ਕੇਸਾਂ ਦੇ ਵਿੱਚ ਤਾਂ ਉਹੀ ਦੱਸ ਸਕਦੇ ਹੈਗੇ ਆ ਕਿ ਉਹਨਾਂ ਨੂੰ ਕੀ ਨਜ਼ਰ ਆਉਂਦਾ ਹੈਗਾ। ਕਈ ਵਾਰੀ ਜਿਹੜੇ ਆਪਣਾ IAS ਪਰ ਮੈਂ ਤਾਂ ਮੰਨਦਾ ਕਿ ਚੰਗੀ ਗੱਲ ਹੈ IAS IPS ਅਫਸਰ ਸਿਆਸਤ ਦੇ ਵਿੱਚ ਆਣੇ ਚਾਹੀਦੇ ਨੇ, ਪੜ੍ਹੇ ਲਿਖੇ ਲੋਕੀ ਆ, ਐਕਸਪੀਰੀਅੰਸਡ ਲੋਕੀ ਹੈਗੇ ਆ, ਉਹਨਾਂ ਦਾ ਗਵਰਨਮੈਂਟ ਤਜਰਬੇ ਦਾ ਫਾਇਦਾ ਲੈਂਦੀ ਹੈ। ਹੁਣ ਜਿਸ ਤਰ੍ਹਾਂ ਕਿਤੇ ਐ ਤਾਂ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਕਿ ਯਾਰ ਆਹ ਮੰਤਰੀ ਸਾਡੇ ਉੱਤੇ ਬਹੁਤ ਹੁਕਮ ਝਾੜਦੇ ਆ, ਅਸੀਂ ਸਾਰੀ ਉਮਰ ਪੜ ਪੁੜ ਕੇ IAS IPS ਬਣੇ ਆ ਤੇ ਆ ਕੇ 12ਵੀਂ ਪਾਸ ਵਾਲੇ ਸਾਡੇ ਤੇ ਹੁਕਮ ਝਾੜਦੇ ਨੇ, ਅਸੀਂ ਕਿਉਂ ਨਾ ਮੰਤਰੀ ਬਣ ਜਾਈਏ? ਦੇਖੋ ਹਰਪ੍ਰੀਤ ਜੀ, ਮੈਨੂੰ ਲੱਗਦਾ ਜਿੱਦਾਂ ਹੁਣ ਪਿਛਲੀ ਆਪਣੀ ਜਿਹੜੀ ਸਰਕਾਰ ਸਿਟਿੰਗ ਗਵਰਨਮੈਂਟ ਹੈ, ਗਵਰਨਮੈਂਟ ਆਫ ਇੰਡੀਆ, ਇਹਦੇ ਵਿੱਚ ਆਪਣੇ ਅਸ਼ਨਵੀ ਵੈਸ਼ਨਵ ਜੀ IAS ਹੈ, ਫਿਰ ਆਪਣੇ ਜਿਹੜੇ ਇੰਡੀਅਨ ਫੋਰਨ ਸਰਵਿਸ ਦੇ ਮਿਨਿਸਟਰ ਹੈ ਆਪਣੇ ਜੈਸ਼ੰਕਰ ਜੀ, ਉਹ ਵੀ ਆਪਣੇ ਇੰਡੀਅਨ ਫੋਰਨ ਸਰਵਿਸ ਨੂੰ ਬਿਲੋਂਗ ਕਰਦੇ ਆ, ਫਿਰ ਆਪਣੇ ਜਿਹੜੇ ਆਪਣਾ ਪੁਰੀ ਜੀ ਹੈ ਇੰਡੀਅਨ ਫੋਰਨ ਸਰਵਿਸ ਨੂੰ ਬਿਲੋਂਗ ਕਰਦੇ ਆ। ਇਸ ਇਲੈਕਸ਼ਨ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆਪਣੇ ਆਪਣਾ ਜਿਹੜੇ ਲਾਅ ਮਿਨਿਸਟਰ ਹੈ, ਪਰ ਜਿਹੜੇ IAS ਅਫਸਰ ਸਟੇਟ ਗਵਰਨਮੈਂਟ ਦੇ ਅਧੀਨ ਕੰਮ ਕਰਦੇ, ਮੈਂ ਉਹਨਾਂ ਦੀ ਗੱਲ ਕਰ ਰਿਹਾ ਜੀ, ਉਹ ਤਾਂ ਕਹਿੰਦੇ ਕਿ ਬਿਊਰੋਕ੍ਰੇਸੀ ਚਲਾਉਂਦੀ ਹੈ ਸਰਕਾਰਾਂ। ਦੇਖੋ ਜਿਹੜੀ ਆਪਣਾ IAS ਸਰਵਿਸ ਹੈ ਜਾਂ IPS ਸਰਵਿਸ ਹੈ, ਇੱਕ ਬਹੁਤ ਅਹਿਮ ਅੱਜ ਦੇ ਦਿਨ 'ਚ ਵੀ ਸਭ ਤੋਂ ਇੰਪੋਰਟੈਂਟ ਸਰਵਿਸ ਹੈਗੀ ਆ, ਔਰ ਆਪਣਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਇਹ ਆਪਣਾ ਕਟਿੰਗ ਐਜ ਦੇ ਕੰਮ ਕਰਦੇ ਆ ਬਤੌਰ DC, ਬਤੌਰ SSP ਜਾਂ ਹੋਰ ਵੀ ਸੀਨੀਅਰ ਪੋਸਟਾਂ 'ਤੇ, ਤਾਂ ਇਹ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਪੋਜ਼ਿਟਿਵ ਅਤੇ ਬਹੁਤ ਅਹਿਮ ਰੋਲ ਪਲੇ ਕਰ ਸਕਦੇ ਆ, ਔਰ ਕਰਦੇ ਆ, ਕਈ ਆਫਿਸਰ ਬਹੁਤ ਅੱਛਾ ਕੰਟਰੀਬਿਊਟ ਕਰਦੇ ਆ, ਅਤੇ ਜਦੋਂ ਆਪਣਾ ਇਹਨਾਂ ਨੂੰ ਲੱਗਦਾ ਹੈਗਾ ਕਿ ਰਿਟਾਇਰਮੈਂਟ ਤੋਂ ਜਾਂ ਥੋੜ੍ਹਾ ਸਮਾਂ ਰਹਿੰਦੇ ਹਾਂ ਅਸੀਂ ਆਪਣਾ ਪੋਲੀਟਿਕਸ ਵਿੱਚ ਜਾ ਕੇ ਬਿਹਤਰ ਕੰਟਰੀਬਿਊਟ ਕਰ ਸਕਦੇ ਹਾਂ, ਤਾਂ ਮੈਂ ਸਮਝਦਾ ਕਿ ਕੋਈ ਬਾਹਰ ਤਾਂ ਹੈ ਨਹੀਂ ਗਈ, ਕੋਈ ਵੀ ਆਦਮੀ ਜੁਆਇਨ ਕਰ ਸਕਦਾ, ਪਰ ਉਹਨਾਂ ਨੂੰ ਜਿਹੜਾ ਕੰਟਰੋਲ ਕਰਦਾ ਜਾਂ ਤਾਂ ਉਹ ਸਟੇਟ ਦਾ ਮੁੱਖ ਮੰਤਰੀ ਹੁੰਦਾ ਅਤੇ ਜਾਂ ਆਪਣਾ ਪ੍ਰਾਈਮ ਮਿਨਿਸਟਰ ਹੁੰਦਾ ਆ ਸੈਂਟਰ ਦੇ ਵਿੱਚ, ਅਤੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਬੰਦਾ ਕਾਬਲ ਹੈ ਤਾਂ ਫਿਰ ਉਹਨਾਂ ਨੂੰ ਉਹ ਆਪਣਾ ਲੈ ਲੈਂਦੇ ਆ, ਅਤੇ ਅੱਛੇ ਅੱਛੇ ਮਹਿਕਮੇ ਵੀ ਦਿੰਦੇ ਆ, ਤਾਂ ਮੈਂ ਸਮਝਦਾ ਹੈਗਾ ਕਿ ਇਹ ਦੇਸ਼ ਦੇ ਸਟੇਟ ਦੇ ਭਲੇ ਦੇ ਵਾਸਤੇ ਆ। ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਨੋਟਿਸ ਕੀਤਾ ਗਿਆ ਕਿ ਵੱਡੇ IAS IPS ਅਫਸਰ ਆਪਣੀਆਂ ਨੌਕਰੀਆਂ ਛੱਡ ਕੇ ਜਾਂ ਤਾਂ ਪੋਲੀਟਿਕਸ ਜੁਆਇਨ ਕਰ ਰਹੇ ਨੇ ਜਾਂ ਉਹ ਮੁਲਕ ਛੱਡ ਕੇ ਜਾ ਰਹੇ ਨੇ। ਇਸ ਚਲਨ ਨੂੰ ਤੁਸੀਂ ਠੀਕ ਮੰਨਦੇ ਹੋ? ਬਤੌਰ IAS ਅਫਸਰ ਤੁਸੀਂ ਠੀਕ ਮੰਨਦੇ ਹੋ? ਤੁਸੀਂ ਵੀ ਆਪਣੀਆਂ ਸਰਵਿਸਿਜ਼ ਦਿੱਤੀਆਂ, ਤੁਸੀਂ ਰਿਟਾਇਰ ਹੋਏ, ਉਸ ਤੋਂ ਬਾਅਦ ਤੁਸੀਂ ਪੋਲੀਟਿਕਸ ਜੁਆਇਨ ਕੀਤੀ ਹੈ, ਤੁਸੀਂ ਇਸ ਚਲਨ ਨੂੰ ਠੀਕ ਮੰਨਦੇ ਹੋ? ਹਰਪ੍ਰੀਤ ਜੀ, ਮੈਂ ਕੁਛ ਮਹਿਸੂਸ ਇਹ ਕਰ ਰਿਹਾ ਹੈਗਾ ਕਿ ਆਪਣਾ ਜਿਹੜਾ IPS IAS ਆਫਿਸਰ ਹੈ, ਨੋ ਡਾਊਟ ਕਿ ਬੜੇ ਇੰਪੋਰਟੈਂਟ ਪੋਸਟਾਂ 'ਤੇ ਕੰਮ ਕਰਦੇ ਹੈਗੇ ਆ, ਔਰ ਮੁੱਖ ਮੰਤਰੀ ਦੇ ਨਾਲ ਸਟੇਟ ਦੇ ਵਿੱਚ ਰਹਿ ਕੇ ਆਪਣਾ ਉਹ ਆਪਣਾ ਐਡਮਿਨਿਸਟ੍ਰੇਸ਼ਨ ਨੂੰ ਰਨ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਆ, ਪਰ ਜਿਹੜੀ ਆਪਣਾ ਇੱਕ ਉਹ ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ ਹੌਲੀ 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 ਚੇਂਜਸ ਆ ਰਹੀਆਂ ਹੈਗੀਆਂ, ਇੱਕ ਤਾਂ ਆ ਗਿਆ ਹੈਗਾ ਕਿ ਵੈਲਫੇਅਰ ਸਟੇਟ ਬਣ ਗਿਆ ਹੈਗਾ ਕਿ ਆਪਣੇ ਲੋਕਾਂ ਦੇ ਭਲੇ ਦੀਆਂ ਸਕੀਮਾਂ ਘੜਨੀਆਂ ਜਾਂ ਉਹਨਾਂ ਦੇ ਵਾਸਤੇ ਕੰਮ ਕਰਨਾ, ਇੱਕ ਬਹੁਤ ਵੱਡੀ ਚੇਂਜ ਆ ਗਈ ਆ। ਪਹਿਲਾਂ ਹੁੰਦਾ ਸੀਗਾ ਕਿ ਅੰਗਰੇਜ਼ਾਂ ਦਾ ਰਾਜ ਸੀਗਾ ਅਤੇ ਉਹ ਜੋ ਆਪਣਾ ਉਹਨਾਂ ਨੇ ਲਕੀਰ ਦੇ ਫਕੀਰ ਹੋ ਕੇ ਜੋ ਕਰਨਾ ਹੈ ਸੋ ਕਰਨਾ ਆ, ਕੋਈ ਇਫੈਕਟ ਉਹਨਾਂ ਦੇ ਉੱਤੇ ਇੰਪੈਕਟ ਜਾਂ ਉਹਨਾਂ 'ਤੇ ਇਨਫਲੂਐਂਸ ਨਹੀਂ ਸੀ ਹੁੰਦਾ। ਲੇਕਿਨ ਅੱਜ ਦੇ ਦਿਨ ਦੇ ਵਿੱਚ, ਕਿਉਂਕਿ ਤੁਸੀਂ ਦੇਖਦੇ ਹੋਣੇ ਆ ਕਿ ਅੱਜ ਤਾਂ ਕਈ ਕਈ 6-6 ਮਹੀਨੇ ਆਪਣਾ ਵਿਦਆਊਟ ਪੋਸਟਿੰਗ ਰਹਿੰਦੇ ਅਫਸਰ, ਤਾਂ ਉਸ ਕਰਕੇ ਸਸਪੈਂਡ ਕਰਕੇ ਉਹ ਮਾਰਦੇ ਆ, ਇੱਜ਼ਤ ਕੋਈ ਰਹੀ ਨਹੀਂ ਹੈਗੀ ਅਫਸਰਾਂ ਦੀ, ਅਤੇ ਅਫਸਰ ਵੀ ਜਿਹੜੇ ਹੈਗੇ ਆ ਉਹ ਵੀ ਪਲਾਈਵਲ ਬਣ ਗਏ ਆ, ਫੁੱਟਮੈਟ ਬਣ ਗਏ ਆ, ਔਰ ਉਹ ਆਪਣਾ ਸਹੀ ਤਰੀਕੇ ਨਾਲ ਗਾਈਡ ਨਹੀਂ ਕਰਦੇ, ਇਸ ਕਰਕੇ ਕਿ ਆਪਣਾ ਕਿਤੇ ਉਹਨਾਂ ਦੀ ਕੁਰਸੀ ਨਾ ਚਲੇ ਜਾਵੇ, ਚੰਗੀ ਪੋਸਟਿੰਗ ਨਾ ਚਲੇ ਜਾਵੇ। ਤੁਸੀਂ ਪਿੱਛੇ ਜੇ ਦੇਖਿਆ ਹੋਣਾ ਆਪਣਾ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਵਾਲੇ ਮਸਲੇ 'ਚ ਕੀ ਹੋਇਆ ਸੀਗਾ ਕਿ ਆਪਣਾ ਪ੍ਰਿੰਸੀਪਲ ਸੈਕਟਰੀ ਵੀ ਸਸਪੈਂਡ, ਡਾਇਰੈਕਟਰ ਵੀ ਸਸਪੈਂਡ, ਅਤੇ ਹਾਈ ਕੋਰਟ ਨੇ ਕਿਹਾ ਕਿ ਉਹ ਬਹਾਲ ਕਰੋ ਬਈ ਆਪਣੀਆਂ ਪੰਚਾਇਤਾਂ ਜਿਹੜੀਆਂ ਸਸਪੈਂਡ ਕਰਦੀਆਂ।
ਕਿਵੇਂ ਹੋ ਸਕਦਾ ਕਿ ਮੰਤਰੀ ਤੋਂ ਬਿਨਾਂ ਇਹ ਚੀਜ਼ ਡਿਸੀਜਨ ਲੈ ਲਿਆ ਗਿਆ ਹੋਵੇ ਤੇ ਗਾਜ ਗਿਰ ਗਈ ਅਫਸਰਾਂ ਤੇ? ਬਿਲਕੁਲ, ਤਾਂ ਉੱਥੇ ਆਪਣਾ ਅਫਸਰਾਂ ਦੇ ਵਿੱਚ ਉਹ ਜਿਹੜੀ ਮੈਰਿਟ ਹੈ ਜਾਂ ਉਹ ਕਰੰਟ ਹੈ ਜਾਂ ਉਹ ਨੋ ਕਹਿਣ ਦੀ ਆਪਣੀ ਇੱਕ ਤਾਕਤ ਹੈ ਉਹ ਕਿਤੇ ਨਾ ਕਿਤੇ ਹੌਲੀ ਹੌਲੀ ਮਿਸ ਹੋ ਰਹੀ ਆ। ਕਈ ਲੋਕ ਇਹਨੂੰ ਰੀੜ ਦੀ ਹੱਡੀ ਕਹਿੰਦੇ, ਕਮਜ਼ੋਰ ਹੋ ਗਈ ਆ। ਸੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਆਪਣਾ ਉਹ ਵਾਲੀ ਪਹਿਲਾਂ ਵਾਲੀ ਗੱਲ। ਫਿਰ ਵੀ ਮੈਂ ਸਮਝਦਾ ਕਿ ਇਹ ਨੌਕਰੀ ਬੜੀ ਅੱਛੀ ਹੈਗੀ ਆ, ਤੁਸੀਂ ਆਪਣਾ ਕਾਇਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਬਹੁਤ ਜ਼ਿਆਦਾ ਲੋਕਾਂ ਦੇ ਭਲੇ ਦੇ ਕੰਮ ਕਰ ਸਕਦੇ ਹੋ, ਕੰਟਰੀਬਿਊਟ ਕਰ ਸਕਦੇ ਹੋ। ਮੈਂ ਤਾਂ ਹਮੇਸ਼ਾ ਇਹੀ ਮਹਿਸੂਸ ਕੀਤਾ ਹੈ। ਚਲੋ ਠੀਕ ਹੈ ਜੀ, ਤੁਸੀਂ ਸ਼ਾਇਦ ਮਹਿਸੂਸ ਕੀਤਾ, ਬਾਕੀ ਲੋਕ ਸ਼ਾਇਦ ਨਹੀਂ ਮਹਿਸੂਸ ਕਰਦੇ, ਕਹਿੰਦੇ ਮੰਤਰੀ ਬਣ ਕੇ ਜ਼ਿਆਦਾ ਵਧੀਆ ਕੰਮ ਕਰ ਸਕਦੇ ਹਾਂ, ਹੋ ਸਕਦਾ ਇਸੇ ਕਰਕੇ ਉਹਨਾਂ ਨੇ ਇਹ ਨੌਕਰੀ ਛੱਡੀ ਹੋਵੇ। ਬਹੁਤ ਬਹੁਤ ਧੰਨਵਾਦ ਲੱਦਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਸ ਲੱਦਰ ਸਾਹਿਬ ਜਿਨ੍ਹਾਂ ਨੇ ਤਮਾਮ ਜਾਣਕਾਰੀ ਦਿੱਤੀ, ਇੱਕ ਸਾਬਕਾ IAS ਅਫਸਰ ਵੀ ਨੇ, ਸੋ ਇਹ ਸਾਰੀਆਂ ਤਕਨੀਕੀ ਚੀਜ਼ਾਂ ਨੂੰ ਵੀ ਜਾਣਦੇ ਨੇ ਔਰ ਇਹਨਾਂ ਨੇ ਸਾਰੇ ਤਕਨੀਕੀ ਪੱਖ ਵੀ ਸਾਹਮਣੇ ਰੱਖੇ। ਹਾਲਾਂਕਿ ਉਹ ਉਮੀਦਵਾਰ ਪਰਮਪਾਲ ਕੌਰ ਇਹਨਾਂ ਦੇ ਹੀ ਪਾਰਟੀ ਦੀ ਉਮੀਦਵਾਰ ਹੈ, ਪਰ ਫਿਰ ਵੀ ਇਹਨਾਂ ਨੇ ਸਾਰੀਆਂ ਗੱਲਾਂ ਸਾਹਮਣੇ ਰੱਖੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਰ ਇੱਕ ਸਵਾਲ ਅਤੇ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ IAS IPS ਅਫਸਰ ਆਪਣੀਆਂ ਨੌਕਰੀਆਂ ਛੱਡ ਕੇ VRS ਲੈ ਕੇ ਜਾਂ ਤਾਂ ਸਿਆਸਤ ਦੇ ਵਿੱਚ ਜਾ ਰਹੇ ਨੇ ਜਾਂ ਫਿਰ ਮੁਲਕ ਛੱਡ ਕੇ ਜਾ ਰਹੇ ਨੇ, ਇਹ ਇੱਕ ਸਵਾਲ ਜ਼ਰੂਰ ਹੈ। ਇਸ 'ਤੇ ਚਿੰਤਾ ਅਤੇ ਚਿੰਤਨ ਕਰਨ ਦੀ ਮੈਨੂੰ ਲੱਗਦਾ ਲੋੜ ਵੀ ਹੈ। ਦੇਸ਼ ਦੁਨੀਆਂ ਦੇ ਬਾਕੀ ਖਬਰਾਂ ਲਈ ਬਣੇ ਰਹੋ PDC ਨਿਊਜ਼ ਨਾਲ। ਧੰਨਵਾਦ।